ਸਾਨੂੰ ਨਾ ਹੁਣੇ ਮੈਨੂੰ ਪਤਾ ਲੱਗਿਆ ਸੀਗਾ ਵੀ ਐਕਸੀਡੈਂਟ ਹੋਇਆ ਹੈਗਾ ਸਵੇਰੇ ਸਕੂਲ ਵੈਨ ਦਾ, ਉਹ ਲੰਬੀ ਦੇ ਨੇੜੇ ਖਿਓਵਾਲੀ ਕੋਲ ਹੋਇਆ ਸੀਗਾ, ਅਤੇ ਕੁਛ ਬੱਚੇ ਤਾਂ ਉੱਥੋਂ ਲੰਬੀ ਦੇ ਵਿੱਚ ਹੀ ਮਾਈਨਰ ਸੀਗੇ ਇੰਜਰੀਜ਼, ਉਹ ਠੀਕ ਹੋ ਕੇ ਆਪਦਾ ਉਹਨਾਂ ਦੇ ਪੱਟੀ ਹੋ ਕੇ ਤਾਂ ਛੁੱਟੀ ਮਿਲ ਗਈ ਸੀ। ਦੋ ਬੱਚੇ ਹੋਸਪਿਟਲ ਦੇ ਵਿੱਚ ਨੇਗੇ ਇੱਥੇ, ਜਿਨ੍ਹਾਂ ਨੂੰ ਡਾਕਟਰ ਸਾਹਿਬਾਨ ਪ੍ਰੋਪਰਲੀ ਦੇਖ ਕਰ ਰਹੇ ਨੇ, ਮੈਡੀਕਲ ਟ੍ਰੀਟਮੈਂਟ ਦੇ ਰਹੇ ਨੇ। ਐਜ਼ ਪਰ ਡਾਕਟਰਸ ਰਿਪੋਰਟ ਉਹ ਠੀਕ ਆ ਉਹਨਾਂ ਦੀ ਸਿਹਤ। ਕੁਛ ਜਿਹੜੀਆਂ ਸੱਟਾਂ ਸੀਗੀਆਂ ਕੰਡਕਟਰ ਅਤੇ ਡਰਾਈਵਰ ਨੂੰ, ਇਹ ਕੰਡਕਟਰ ਥੋੜ੍ਹਾ ਜਿਹਾ ਉਹ ਲੱਗ ਰਿਹਾ ਹੈਗਾ ਵੀ ਉਹਦੀ ਜਿਹੜੀ ਸਿਹਤ ਨਹੀਂ ਉਹ ਠੀਕ ਨਹੀਂ, ਉਹਨੂੰ ਅਸੀਂ ਰੈਫਰ ਕਰ ਰਹੇ ਹਾਂ ਫਰੀਦਕੋਟ ਭੇਜ ਰਹੇ ਹਾਂ। ਫਰੀਦਕੋਟ ਵੀ ਸਾਡੀ ਕਾਲਜ ਦੇ ਵਿੱਚ ਉੱਥੇ ਗੱਲ ਹੋ ਗਈ ਹੈਗੀ, ਉੱਥੇ ਅਸੀਂ ਜਾ ਰਹੇ ਹਾਂ, ਸਾਰੇ ਪ੍ਰਬੰਧ ਇੱਥੇ ਮੁਕੰਮਲ ਕਰ ਰਹੇ ਹਾਂ। ਜੇ ਕਿਸੇ ਨੂੰ ਕਿਸੇ ਵੀ ਫਾਈਨੈਂਸ਼ੀਅਲ ਹੈਲਪ ਦੀ ਜਾਂ ਕਿਸੇ ਦੀ ਲੋੜ ਹੋਊਗੀ ਤਾਂ ਉਹ ਸਾਡੇ ਕੋਲ ਪੂਰੇ ਪ੍ਰਬੰਧ ਨੇ। ਡੀ ਸਾਹਿਬ ਨਾਲ ਗੱਲ ਹੋ ਗਈ, ਡੀ ਸਾਹਿਬ ਨੇ ਕਿਹਾ ਵੀ ਕਿਸੇ ਵੀ ਕੀਮਤ 'ਤੇ ਜਿਹੜਾ ਇਲਾਜ ਹੈਗਾ ਉਹਦੇ ਵਿੱਚ ਕੋਈ ਤੋੜ ਨਹੀਂ ਆਉਣ ਦੇਵਾਂਗੇ।